ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਖਾਲਸਾ ਰਾਜ ਫੁੱਟ ਸਟੈਪਸ ਲੱਭਦਿਆਂ ਹੋਇਆਂ ਅੱਜ ਮੈਂ ਪਹੁੰਚਿਆ ਵਾਂ ਬੈਰੂਨ ਡੇਰਾ ਖਾਲਸਾ ਜੀ। ਡੇਰਾ ਖਾਲਸਾ ਕੱਲਰ ਸਹੀਦਾਂ ਰੋਡ ਦੇ ਉੱਤੇ ਰਾਵਲਪਿੰਡੀ ਤੋਂ ਅਗਰ ਆਓ ਤੁਸੀਂ, ਕੱਲਰ ਸਹੀਦਾਂ ਤੋਂ ਪਿੱਛੇ ਹੀ ਇੱਕ ਛੋਟਾ ਜਿਹਾ ਟਾਊਨ ਆਉਂਦਾ ਜਿਹਨੂੰ ਕਿ ਡੇਰਾ ਖਾਲਸਾ ਕਿਹਾ ਜਾਂਦਾ ਹੈ। ਡੇਰਾ ਖਾਲਸਾ ਦੀ ਬਹੁਤ ਜ਼ਿਆਦਾ ਸਾਰਾ ਕੁਛ ਹੈ ਕਿ ਇਸ ਏਰੀਏ ਦੇ ਵਿੱਚ 1890 ਔਰ 1896 ਦੇ ਵਿੱਚ ਪਹਿਲਾ ਖਾਲਸਾ ਸਕੂਲ ਬਣਾਇਆ ਗਿਆ ਸੀ। ਪ੍ਰਾਇਮਰੀ ਜਦੋਂ ਬਾਅਦ ਤੋਂ ਮਿਡਲ ਕਰ ਦਿੱਤਾ ਗਿਆ, ਔਰ ਮਿਡਲ ਹੋਣ ਤੋਂ ਬਾਅਦ ਉਹੀ ਜਿਹੜਾ ਸੀ ਸਕੂਲ ਬਾਅਦੋਂ ਹਾਈ ਹੋ ਗਿਆ ਅਤੇ ਹੁਣ ਇੰਟਰ ਹੈ। ਇਹ ਤੁਸੀਂ ਦੇਖੋ, ਇਹ ਡਰਿੰਕਿੰਗ ਵਾਟਰ ਚਵਾ ਖਾਸ। ਚਵਾ ਖਾਸ ਮੀਨ ਕਿ ਡਰਿੰਕਿੰਗ ਵਾਟਰ ਜਿਹੜਾ, ਸਪਰਿੰਗ ਵਾਟਰ ਜਿਹੜਾ ਨਿਕਲ ਰਿਹਾ ਉਹ ਇਸ ਜਗ੍ਹਾ ਦੇ ਉੱਤੇ ਹਾਲੇ ਵੀ ਬਿਲਕੁਲ ਤਰੋ ਤਾਜ਼ਾ, ਔਰ ਲੋਕ ਜਿਹੜੇ ਨੇ ਇੱਥੋਂ ਪਾਣੀ ਜਿਹੜਾ ਨਾ ਭਰ ਕੇ ਲੈ ਕੇ ਜਾਂਦੇ ਨੇ ਪੀਣ ਵਾਸਤੇ। ਅਕਸਰ ਲੋਕਾਂ ਚਵੇ ਦਾ ਮਤਲਬ ਨਹੀਂ ਪਤਾ, ਜਿਹੜੇ ਲੋਕ ਇੱਥੋਂ ਮਾਈਗ੍ਰੇਟ ਕਰਕੇ ਗਏ ਨੇ ਉਹਨਾਂ ਲੋਕਾਂ ਨੂੰ ਤਾਂ ਚਵੇ ਦਾ ਪਤਾ ਹੈ ਕਿ ਚਵਾ ਕਿਹਨੂੰ ਕਿਹਾ ਜਾਂਦਾ ਹੈ। ਇਹ ਚਵੀ ਦੀ ਮੁਰੰਮਤ ਜਿਹੜੀ ਹੈ 1988 ਦੇ ਵਿੱਚ ਦੁਬਾਰਾ ਕੀਤੀ ਗਈ ਹੈ। ਇਹ ਦੇਖੋ ਤੁਸੀਂ, ਫਰਵਰੀ 1988 ਲਿਖਿਆ ਹੋਇਆ, ਔਰ ਮੇਰੇ ਨਾਲ ਨੇ ਅੰਕਲ ਕੰਵਰਜੀਤ ਜੀ। ਅੰਕਲ ਕੰਵਰਜੀਤ ਜਿਹੜੇ ਨੇ, ਇਹਨਾਂ ਦੇ ਪੁਰਖਾਂ ਦਾ ਜਿਹੜਾ ਪਿੰਡ ਸੀ ਉਹ ਇੱਥੇ ਡੇਰਾ ਖਾਲਸਾ ਦੇ ਲਾਗੇ ਹੈ। ਬਿਲਕੁਲ ਡੇਰਾ ਖਾਲਸਾ ਸੀ, ਇਸ ਕਰਕੇ ਅਸੀਂ ਡੇਰਾ ਖਾਲਸਾ 'ਤੇ ਨਹੀਂ ਜਾ ਸਕਦੇ ਕਿਉਂਕਿ ਕੁਛ ਰਿਸਟ੍ਰਿਕਸ਼ਨਸ ਨੇ। ਅੰਕਲ ਜੀ ਜ਼ਰਾ ਤੁਸੀਂ ਉੱਥੇ ਜਾਓ, ਥੱਲੇ ਜਾਓ, ਜ਼ਰਾ ਜਾ ਸਕਦੇ। ਅਤੇ ਇੱਥੇ ਜੁੜੀ ਹੋਈ ਖਾਲਸਾ ਪੰਥ ਦੇ ਨਾਲ ਜੁੜੀ ਹੋਈ ਜਿਹੜੀ ਯਾਦ ਹੈ ਉਹ ਮੈਂ ਤਾਜ਼ਾ ਕਰਨ ਵਾਸਤੇ ਆਇਆ। ਅਸਲਾਮ ਵਾਲੇਕੁਮ ਅੰਕਲ ਜੀ। ਅੰਕਲ ਜੀ, ਕੀ ਹਾਲ ਨੇ ਤੁਹਾਡੇ? ਫਸਟ ਕਲਾਸ। ਤੁਹਾਡਾ ਕੀ ਨਾਮ ਹੈ? ਮੇਰਾ ਨਾਂ ਜੀ ਕਮਰਜੀਤ ਸਿੰਘ ਮਲਿਕ, ਅਤੇ ਮੈਂ ਇੱਥੇ ਸਪੈਸ਼ਲੀ ਆਇਆ ਸੀ ਦੇਖਣ ਵਾਸਤੇ, ਅਤੇ ਮੇਰਾ ਲੱਗਾ ਹੋਇਆ ਪਾਸਪੋਰਟ ਦੇ ਵਿੱਚ ਡੇਰੇ ਖਾਲਸੇ ਦਾ। ਜੀ ਜੀ, ਤਾਂ ਇਹ ਬੈਰੂਨ ਤੋਂ ਦੇਖ ਕੇ ਜਾ ਰਹੇ ਨੇ, ਬਾਹਰੋਂ ਬਾਹਰ ਤੋਂ ਦੇਖ ਕੇ ਜਾ ਰਹੇ ਨੇ, ਅਤੇ ਇਹ ਇਹ ਕੁਛ ਪੁਰਖਾਂ ਦੀਆਂ ਯਾਦਾਂ ਨੇ। ਇਹ ਚਵਾ ਖਾਸ ਜਿਹੜਾ ਖਾਲਸਾ ਹੱਥਾਂ ਦਾ ਬਣਿਆ ਹੋਇਆ, ਅਤੇ ਅੱਜ ਜਿਹੜਾ ਉਹ ਚਵਾ ਖਾਸ ਦੇ ਨਾਮ ਤੋਂ ਜਾਣਿਆ ਜਾਂਦਾ। ਅਤੇ ਤੁਸੀਂ ਖਿੱਤਾ ਪਠਵਾਰੇ, ਚਾਹੇ ਤੁਸੀਂ ਕੱਲਰ ਸਹੀਦਾਂ ਦੇਖਿਆ, ਚਵਾ ਡੇਰਾ ਖਾਲਸਾ ਦੇਖਿਆ, ਸਾਗਰੀ ਦੇਖੀ, ਤੁਸੀਂ ਕੈਸਾ ਫੀਲ ਕਰ ਰਹੇ ਹੋ? ਮੈਂ ਆਈ ਐਮ ਫੀਲਿੰਗ ਨੋਸਟੈਲਜਿਕ ਨੰਬਰ 1, ਐਂਡ ਆਈ ਐਮ ਫੀਲਿੰਗ ਵੈਰੀ ਪ੍ਰਾਊਡ ਦੈਟ ਮਾਈ ਗ੍ਰੇਟ ਗ੍ਰੈਂਡ ਫਾਦਰ ਵਾਜ ਬੋਰਨ ਇਨ ਦਿਸ ਵਿਲੇਜ ਵਿਚ ਆਈ ਐਮ ਨਾਟ ਅਲਾਊਡ ਟੂ ਵਿਜ਼ਿਟ ਟੂਡੇ, ਐਂਡ ਵਟ ਦ ਪੀਪਲ ਹੂ ਹੈਵ ਸੀਨ ਦ ਹਵੇਲੀ ਆਫ ਮਾਈ ਗ੍ਰੇਟ ਗ੍ਰੈਂਡ ਫਾਦਰ ਮਲਿਕ ਖਜ਼ਾਨ ਸਿੰਘ, ਦੇ ਸੇ ਦੈਟ ਹਵੇਲੀ ਇਜ਼ ਨਾਟ ਦੇਅਰ ਐਨੀ ਮੋਰ, ਇਟ ਹੈਜ਼ ਬੀਨ ਬ੍ਰਾਟ ਡਾਊਨ ਐਂਡ ਓਨਲੀ ਬ੍ਰਿਕਸ ਆਰ ਦੇਅਰ। ਆਈ ਵਾਂਟਿਡ ਟੂ ਫੋਟੋਗ੍ਰਾਫ ਦੋਜ਼ ਬ੍ਰਿਕਸ ਓਨਲੀ, ਐਂਡ ਦੈਟਸ ਇਟ। ਓਕੇ ਜੀ, ਤਾਂ ਤੁਹਾਡਾ ਪਾਕਿਸਤਾਨ ਦਾ ਟੂਰ ਕੈਸਾ ਰਿਹਾ? ਤੁਸੀਂ ਹਾਂਗਕਾਂਗ ਤੋਂ ਆਏ, ਤੁਹਾਨੂੰ ਕੀ ਮਹਿਸੂਸ ਹੋਇਆ ਦੁਬਾਰਾ ਇਸ ਮਿੱਟੀ ਦੇ ਵਿੱਚ ਆ ਕੇ? ਪਾਕਿਸਤਾਨ ਤੋਂ ਮੈਂ ਆਇਆ ਅਤੇ ਹਾਂਗਕਾਂਗ ਤੋਂ ਮੈਂ ਪਾਸਪੋਰਟ ਦਾ ਕੀਤਾ ਕੰਮ, ਅਤੇ ਮੈਂ ਇੱਥੇ ਜਦੋਂ ਆਇਆ ਅਤੇ ਮੈਂ ਇਹ ਸਮਝਦਾ ਬਈ ਮੈਂ ਰਾਵਲਪਿੰਡੀ ਆਪਣੇ ਘਰ ਦੇ ਵਿੱਚ ਬੈਠਾ ਹਾਂ, ਕਿਉਂਕਿ ਪੀਪਲ ਹੈਵ ਲਵ ਮੀ ਸੋ ਮਚ, ਪੀਪਲ ਹੈਵ ਸ਼ੋਨ ਦੇਅਰ ਲਵ ਦੇਅਰ ਇਮੋਸ਼ਨਸ ਵੈਨ ਦੇ ਮੈਟ ਮੀ, ਅਤੇ ਜੱਫੀਆਂ ਪਾ ਕੇ ਮਿਲੇ ਨੇ ਮੈਨੂੰ, ਅਤੇ ਜਨਾਨੀਆਂ ਨੇ ਬੜਾ ਅਦਬ ਅਦਾਬ ਨਾਲ ਮੈਨੂੰ ਅਦਾਬ ਬੋਲਿਆ, ਅਤੇ ਮੈਨੂੰ ਹਰੇਕ ਆਦਮੀ ਨੇ ਕਿਹਾ ਜੀ ਕਿ ਤੁਸੀਂ ਰੋਟੀ ਖਾਓ ਸਾਡੇ ਨਾਲ, ਚਾਹ ਪੀਓ ਸਾਡੇ ਨਾਲ, ਅਤੇ ਮੈਂ ਉਹ ਆਪਣੇ ਘਰ ਗਿਆ ਉੱਥੇ ਪਿੰਡੀ, ਅਤੇ ਉੱਥੇ ਮੈਨੂੰ ਜੂ ਸਫ਼ਰ ਕੀਤਾ, ਅਤੇ ਆਈ ਵਾਜ਼ ਓਵਰਵੈਲਮਡ ਆਲ ਦਿਸ ਪੇਜ ਜੀ। ਬੜੀ ਖੁਸ਼ੀ ਹੋਈ ਹੈ ਕਿ 71 ਈਅਰਸ ਤੋਂ ਬਾਅਦ ਤੁਸੀਂ ਪਾਕਿਸਤਾਨ ਦੇਖਣ ਵਾਸਤੇ ਆਏ। ਇੱਕ ਬੰਦੇ ਕੋਲੋਂ, ਉਸ ਬੰਦੇ ਕੋਲੋਂ ਹੀ ਪੁੱਛਿਆ ਜਾ ਸਕਦਾ ਜਿਸ ਕੋਲੋਂ ਉਹਦੇ ਪੈਰਾਂ ਦੇ ਥੱਲੇ ਜ਼ਮੀਨ ਜਿਹੜੀ ਹੈ ਉਹ ਖਿੱਚ ਲਿੱਤੀ ਜਾਵੇ, ਸਿਰ ਤੋਂ ਅਸਮਾਨ ਖਿੱਚ ਲਿੱਤਾ ਜਾਵੇ। ਇਹ ਉਸ ਕੋਲੋਂ ਹੀ ਪੁੱਛਿਆ ਜਾ ਸਕਦਾ ਕਿ ਆਪਣੀ ਮਿੱਟੀ ਦਾ ਪਿਆਰ ਕੀ ਹੋ ਸਕਦਾ, ਔਰ ਆਪਣੀ ਮਿੱਟੀ ਨੂੰ ਖੋ ਕੇ ਬੰਦਾ ਕਿਸ ਤਰ੍ਹਾਂ ਮਹਿਸੂਸ ਕਰਦਾ। ਮੈਨੂੰ ਅੰਕਲ ਦੇ ਇਮੋਸ਼ਨਸ ਜਿਹੜੇ ਨੇ ਮੈਂ ਜੇ ਡੇ 1 ਤੋਂ ਦੇਖ ਰਿਹਾ ਕਿ ਬਹੁਤ ਖੁਸ਼ ਨੇ ਆਪਣਾ ਪਠਵਾਰ ਦੇਖ ਕੇ। ਔਰ ਮਜ਼ੇਦਾਰੀ ਦੀ ਗੱਲ ਹੈ ਕਿ 71 ਈਅਰਸ ਤੋਂ ਬਾਅਦ ਵੀ ਅੰਕਲ ਜੀ ਪਠਵਾਰੀ ਪੂਰੀ ਮਾਰਦੇ ਨੇ, ਤੁਸਾਂ ਪਠਵਾਰੀ ਵਿੱਚ ਜਿਹੜੀ ਗੱਲਬਾਤ ਕਰਨੇ ਹੋ ਤਾਂ ਬਹੁਤ ਮਜ਼ਾ ਆਉਣਾ ਜੀ। ਤੁਸਾਂ ਗੱਲਬਾਤ ਕਰਨਾ ਪਠਵਾਰੀ ਵਿੱਚ, ਅਤੇ ਇੱਥੇ ਲੋਕ ਜਿਹੜੇ ਨੇ ਉਹ ਹੁਣ ਪਠਵਾਰੀ ਵਿੱਚ ਵੀ ਗੱਲ ਕਰਦੇ ਨੇ, ਅਤੇ ਪਠਵਾਰੀ ਜ਼ਬਾਨ ਜਿਹੜੀ ਹੈ ਇਹ ਥੋੜ੍ਹੀ ਥੋੜ੍ਹੀ ਡਿਸਟੈਂਸ ਤੋਂ ਥੋੜ੍ਹੀ ਥੋੜ੍ਹੀ ਬਦਲਦੀ ਜਾਂਦੀ ਹੈ, ਅਤੇ ਚਕਵਾਲੀਏ ਹੋਰ ਤਰ੍ਹਾਂ ਦੀ ਬੋਲਦੇ ਨੇ, ਗੁਜਰਖਾਨ ਵਾਲੇ ਹੋਰ ਤਰ੍ਹਾਂ ਦੀ ਬੋਲਦੇ ਨੇ,
ਤੇ ਮੇਰੇ ਪਾਉਣ ਦੀ ਜ਼ਬਾਨ ਹੋਰ ਜ਼ਬਾਨ ਹੈ। ਕਿਆ ਬਾਤ ਹੈ। ਪਿੰਡੀ ਵਾਲੇ ਜਿਹੜੇ ਆਦਮੀ ਆ ਅਸੀਂ ਪਿੰਡੀ ਵਾਲ ਦੀ ਜ਼ਬਾਨ ਬੋਲਦੇ ਹਾਂ। ਗ੍ਰੇਟ ਗ੍ਰੇਟ ਗ੍ਰੇਟ, ਬਹੁਤ ਮਜ਼ਾ ਆਇਆ ਜੀ। ਫਿਰ ਹਾਜ਼ਰ ਹੋਵਾਂਗਾ ਕਿਸੇ ਪਿਆਰੇ ਜੇ ਸੱਚ ਨੂੰ ਲੈ ਕੇ ਗੱਲ ਕਰਾਂਗਾ ਇਹਨਾਂ ਨਾਲ, ਖੋਰੇ ਸੱਚ ਸੰਤਾਲੀ ਦੇ, ਲੇਕਿਨ ਨੈਕਸਟ ਐਪੀਸੋਡ ਵਿੱਚ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।